ਅਕਸਰ ਵਿਵਾਦਾਂ ਵਿੱਚ ਰਹਿਣ ਵਾਲੀ ਰਾਧੇਮਾ ਉਰਫ ਸੁਖਵਿੰਦਰ ਕੌਰ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ। ਗਲਤ ਗੱਲਾਂ ਕਰਨ ਤੇ ਧਮਕਾਉਣ ਦੇ ਇਲਜ਼ਾਮ ਲਾਉਣ ਵਾਲੇ ਸਮਾਜ ਸੇਵੀ ਸੁਰਿੰਦਰ ਮਿੱਤਲ ਵੱਲੋਂ ਪੁਲਿਸ ਨੂੰ ਦਿੱਤੇ ਆਵਾਜ਼ ਦੇ ਨਮੂਨੇ ਰਾਧੇਮਾ ਦੀ ਆਵਾਜ਼ ਨਾਲ ਮਿਲ ਗਏ ਨੇ। ਦਰਅਸਲ ਕਪੂਰਥਲਾ ਦੇ ਫਗਵਾੜਾ ਇਲਾਕੇ ਦੇ ਰਹਿਣ ਵਾਲੇ ਸਮਾਜ ਸੇਵੀ ਸੁਰਿੰਦਰ ਮਿੱਤਲ ਨੇ ਕੋਰਟ ਵਿੱਚ ਕੇਸ ਦਾਇਰ ਕਰਕੇ ਇਲਜ਼ਾਮ ਲਗਾਏ ਸਨ ਕਿ ਰਾਧੇਮਾ ਫੋਨ ਤੇ ਉਸ ਨਾਲ ਗਲਤ ਗੱਲਾਂ ਕਰਦੀ ਹੈ, ਉਸ ਨੂੰ ਪਸਮ ਕਰਨ ਦੀ ਧਮਕੀ ਦਿੰਦੀ ਹੈ। ਕਪੂਰਥਲਾ ਪੁਲਿਸ ਨੇ ਜਦੋਂ ਸੁਰਿੰਦਰ ਮਿੱਤਲ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਾ ਕੀਤੀ ਤਾਂ ਮਿੱਤਲ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ। ਸੁਣਵਾਈ ਦੌਰਾਨ ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਹਾਈਕੋਰਟ ਦੇ ਫੋਰੈਂਸਿਕ ਰਿਪੋਰਟ ਪੇਸ਼ ਕੀਤੀ, ਜਿਸ ਮੁਤਾਬਿਕ ਰਾਧੇਮਾ ਦੀ ਆਵਾਜ਼ ਦੇ ਸੈਂਪਲ ਉਹਨਾਂ ਸੈਂਪਲਾਂ ਨਾਲ ਮੇਲ ਖਾ ਗਏ ਜਿਹੜੇ ਸੁਰਿੰਦਰ ਮਿੱਤਲ ਵੱਲੋਂ ਦਿੱਤੇ ਗਏ ਸਨ। ਐਸਐਸਪੀ ਨੇ ਹਾਈਕੋਰਟ ਵਿੱਚ ਦੱਸਿਆ ਕਿ ਐਸਪੀ ਇਨਵੈਸਟੀਗੇਸ਼ਨ ਤੇ ਏਐਸਪੀ ਇੱਕ ਮਹੀਨੇ ਵਿੱਚ ਬਣਦੀ ਕਾਰਵਾਈ ਕਰਨਗੇ। में एक ना कंप्लेंट दी थी सुरेंद्र मित्तल ने कि जी उसकी जो है रिलीजियस भावनाएं जो है वो हर्ट हुई हैं, क्योंकि जब रसूल लेके गोडेस अपने आप को कहती है तो इसने एक कंप्लेंट दे दी पुलिस को कि जी जो कॉग्निजेबल ऑफेंस बनता है इसके ऊपर एक्शन लिया जाए इमीडिएटली। तो पुलिस वालों ने उस पर कुछ नहीं किया, हम हाईकोर्ट में आ गए। तो आज जो एसएसपी अपना कपूरथला कोर्ट में पेश हुए और उन्होंने एक एफिडेविट फाइल किया जिसमें उन्होंने कहा कि जी फोरेंसिक साइंस लेबॉरेटरी की जो उसकी वॉइस की वो थी भेजी थी हमने कंपैरिजन करने के लिए जो सीडी सुरेंद्र मित्तल ने दी है उसके साथ वो रिपोर्ट आ चुकी है और उसके बिनाम पे हम आगे जो इंक्वायरी मार्क कर दी है दो ऑफिसर को उनको डायरेक्शन दे दिए, उनमें से एक आईपीएस ऑफिसर है उनको डायरेक्शन दे दिया कि एक महीने के अंदर अंदर ये रिपोर्ट सबमिट करें।